ਸਾਡੀ ਬਿਆਨਸੇ ਹੋਏਗੀ ਰਿਹਾਨਾ ਸਾਡੀ ਤਾਂ ਕਰੀਨਾ ਯਾਰ ਜਿਹਨੇ ਸਾਡੇ ਨਾਲ ਕੰਮ ਕੀਤਾ ਸਾਡੇ ਨਾਲ ਉਹੀ ਹੈ। ਸੋ ਜੀ ਹਾਲ ਹੀ ਦੇ ਵਿੱਚ ਸੀਗਾ ਦੋਸਾਂਝਾ ਵਾਲੇ ਯਾਨੀ ਕਿ ਦਿਲਜੀਤ ਦੋਸਾਂਝਾ ਮੁੰਬਈ ਦੇ ਵਿੱਚ ਕਾਨਸਰਟ, ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਦਿਲਜੀਤ ਦੋਸਾਂਝ ਦਾ ਕਾਨਸਰਟ ਹੋਵੇ ਤੇ ਏਦਾਂ ਕਿੱਦਾਂ ਹੋ ਸਕਦਾ ਕਿ ਰਸ਼ ਨਾ ਹੋਵੇ। ਜੀ ਹਾਂ, ਪੂਰੀ ਪਲੇਸ ਆਡੀਅੰਸ ਦੇ ਨਾਲ ਭਰੀ ਹੋਈ ਸੀ। ਦਿਲਜੀਤ ਦੋਸਾਂਝ ਦੇ ਫੈਨਸ ਬੇਹੱਦ ਜ਼ਿਆਦਾ ਐਕਸਾਈਟਿਡ ਸੀਗੇ ਤੇ ਦਿਲਜੀਤ ਨੇ ਹਰ ਵਾਰ ਦੀ ਤਰ੍ਹਾਂ ਆਪਣੀ ਸਟੇਜ ਪਰਫਾਰਮੈਂਸ ਦੇ ਉੱਪਰ ਅੱਗ ਹੀ ਲਾ ਦਿੱਤੀ। ਜੀ ਹਾਂ, ਇੰਨੀ ਘੈਂਟ ਪਰਫਾਰਮੈਂਸ ਸੀਗੀ ਕਿ ਸਾਰੇ ਲੋਕ ਦਿਲਜੀਤ ਦੀ ਪਰਫਾਰਮੈਂਸ ਨੂੰ ਇੰਜੋਏ ਕਰ ਰਹੇ ਸੀਗੇ, ਜਿੱਥੇ ਇਸ ਪਰਫਾਰਮੈਂਸ ਨੂੰ ਦੇਖਣ ਦੇ ਲਈ ਦੂਰੋਂ ਦੂਰੋਂ ਫੈਨਸ ਪਹੁੰਚੇ। ਜੀ ਹਾਂ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਕਲਾਕਾਰ ਜੋ ਕਿ ਦਿਲਜੀਤ ਦੋਸਾਂਝ ਦੀ ਘੈਂਟ ਆਵਾਜ਼ ਤੇ ਘੈਂਟ ਪਰਫਾਰਮੈਂਸ ਦੇ ਹੈਗੇ ਨੇ ਫੈਨ, ਉਹ ਵੀ ਪਹੁੰਚੇ, ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਇਮਤਿਆਜ਼ ਅਲੀ ਦੀ, ਜਿਨ੍ਹਾਂ ਨੇ ਕਰਾਊਡ ਦੇ ਵਿੱਚ ਖੜੇ ਹੋ ਕੇ ਦਿਲਜੀਤ ਦੋਸਾਂਝ ਦਾ ਲਾਈਵ ਕਾਨਸਰਟ ਵੇਖਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਕਰ ਦਿੱਤੀ ਮੁੜ ਕੇ ਇੱਕ ਵਾਰ ਕਰੀਨਾ ਕਪੂਰ ਦੀ ਰੱਜ ਕੇ ਤਾਰੀਫ਼। ਜੀ ਹਾਂ, ਅਸੀਂ ਸਭ ਨੇ ਦੇਖਿਆ ਸੀ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ਬੈਚ ਦੇ ਵਿੱਚ ਜਦ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਹੋਏਗੀ ਬਿਓਂਸੇ, ਹੋਏਗੀ ਰਿਹਾਨਾ, ਸਾਡੀ ਤੇ ਬਸ ਕਰੀਨਾ ਹੀ ਆ, ਤੇ ਇਸ ਚੀਜ਼ ਨੂੰ ਸਭ ਨੇ ਬੇਹੱਦ ਜ਼ਿਆਦਾ ਪਸੰਦ ਕੀਤਾ ਸੀਗਾ ਤੇ ਇਹੀ ਚੀਜ਼ ਇਸ ਵਾਰ ਫਿਰ ਇੱਦਾਂ ਹੀ ਹੋਈ ਤੇ ਮੁੰਬਈ ਦੇ ਕਾਨਸਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਨੇ ਕਰ ਦਿੱਤਾ ਕਰੀਨਾ ਕਪੂਰ ਖਾਨ ਦਾ ਜ਼ਿਕਰ। ਜੀ ਹਾਂ, ਦਿਲਜੀਤ ਨੇ ਕਿਹਾ ਕਿ ਕਰੀਨਾ ਕਪੂਰ ਇੱਥੇ ਹੈ ਨਹੀਂ ਹੈ, ਲੇਕਿਨ ਮੈਂ ਆਪਣੇ ਬੰਦਿਆਂ ਨੂੰ ਸਪੋਰਟ ਕਰਾਂਗਾ ਤੇ ਮੈਂ ਮੁੜ ਕੇ ਇੱਕੋ ਹੀ ਗੱਲ ਕਵਾਂਗਾ, ਹੋਏਗੀ ਬਿਓਂਸੇ, ਹੋਏਗੀ ਰਿਹਾਨਾ, ਸਾਡੀ ਤੇ ਬਸ ਕਰੀਨਾ ਹੀ ਹੈ। ਆਖਿਰ ਕੀ ਇਹ ਪੂਰੀ ਵੀਡੀਓ, ਆਓ ਤੁਹਾਨੂੰ ਦੱਸਦੇ ਹਾਂ। ਅੱਜ ਕਰੀਨਾ ਜੀ ਹੈ ਨਹੀਂ ਇੱਥੇ, ਪਰ ਮੈਂ ਫਿਰ ਵੀ ਇਹੀ ਕਹੂੰਗਾ ਆਪਣੇ ਬੰਦੇ ਦੀ ਸਪੋਰਟ ਕਰਦੇ ਹੋਏ, ਹੋਏਗੀ ਬਿਓਂਸੇ, ਹੋਏਗੀ ਰਿਹਾਨਾ, ਸਾਡੀ ਤਾਂ ਕਰੀਨਾ ਹੀ ਹੈ। ਜਿਹਨੇ ਸਾਡੇ ਨਾਲ ਕੰਮ ਕੀਤਾ ਸਾਡੇ ਨਾਲ ਉਹੀ ਹੈ, ਬਾਕੀ ਜਿਹੜੇ ਹੋ ਗਏ ਆਪਦੇ ਘਰੇ, ਚਲੋ ਸਾਡੇ ਨਾਲ ਕਹਿੰਗੇ ਫਿਰ ਕਿੱਦਾਂ। ਹੋ ਪਹਿਲੇ ਇਹ ਤਾਂ ਸਭ ਨੂੰ ਪਤਾ ਹੀ ਆ ਕਿ ਦਿਲਜੀਤ ਦੋਸਾਂਝ ਸਭ ਦੇ ਦਿਲਾਂ ਦੇ ਵਿੱਚ ਰਾਜ ਕਰਦੇ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਸਿਰਫ ਆਮ ਜਨਤਾ ਦੇ ਦਿਲਾਂ ਦੇ ਵਿੱਚ ਹੀ ਨਹੀਂ ਬਲਕਿ ਸੈਲੀਬ੍ਰਿਟੀਜ਼ ਦੇ ਦਿਲਾਂ ਦੇ ਵਿੱਚ ਵੀ ਰਾਜ ਕਰਦੇ ਨੇ। ਤੇ ਦਿਲਜੀਤ ਦੀ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆ ਕਰੀਨਾ ਕਪੂਰ ਖਾਨ ਵੀ ਬੇਹੱਦ ਜ਼ਿਆਦਾ ਐਕਸਾਈਟਿਡ ਨਜ਼ਰ ਆਈ, ਔਰ ਕਰੀਨਾ ਕਪੂਰ ਖਾਨ ਨੂੰ ਦਿਲਜੀਤ ਦੋਸਾਂਝ ਦੀ ਫੇਵਰੇਟ ਗਰਲ ਕਿਹਾ ਜਾਂਦਾ। ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਖਾਨ ਦੀ ਫਿਲਮ ਦ ਕਰੂ ਰਿਲੀਜ਼ ਹੋਈ, ਜਿਸ ਨੂੰ ਫੈਨਸ ਨੇ ਬੇਹੱਦ ਜ਼ਿਆਦਾ ਪਸੰਦ ਕੀਤਾ। ਉੱਥੇ ਹੀ ਹੁਣ ਚਮਕੀਲੇ ਨੂੰ ਫੈਨਸ ਬੇਹੱਦ ਜ਼ਿਆਦਾ ਪਿਆਰ ਦੇ ਰਹੇ ਨੇ, ਜੋ ਕਿ ਦਿਲਜੀਤ ਦੋਸਾਂਝ ਦੀ ਇੱਕ ਸੁਪਰ ਡੂਪਰ ਹਿੱਟ ਫਿਲਮ ਰਹੀ ਜੋ ਕਿ ਨੈਟਫਲਿਕਸ ਦੇ ਉੱਪਰ ਆਊਟ ਹੋਈ, ਔਰ ਚਮਕੀਲਾ ਦੇਖ ਕੇ ਇੱਕ ਇੱਕ ਬੰਦੇ ਨੇ ਦਿਲਜੀਤ ਦੋਸਾਂਝ ਦੇ ਐਕਟਿੰਗ ਸਕਿੱਲਸ ਨੂੰ ਬੇਹੱਦ ਜ਼ਿਆਦਾ ਐਪਰੀਸ਼ੀਏਟ ਕੀਤਾ। ਦਿਲਜੀਤ ਦੋਸਾਂਝ ਜਿੰਨੇ ਹੰਬਲ ਨੇ ਉਨੇ ਹੀ ਆਪਣੇ ਕੰਮ ਦੇ ਵਿੱਚ ਐਕਸਪਰਟ ਵੀ ਨੇ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚੋਂ ਦਿਲਜੀਤ ਦੋਸਾਂਝ ਮਿਸਟਰ ਪਰਫੈਕਸ਼ਨਿਸਟ ਵੀ ਮੰਨੇ ਜਾਂਦੇ ਨੇ, ਜੋ ਕਿ ਆਪਣੀ ਘੈਂਟ ਅਦਾਕਾਰੀ ਤੇ ਘੈਂਟ ਆਵਾਜ਼ ਦੇ ਨਾਲ ਹਮੇਸ਼ਾ ਸਭ ਦਾ ਦਿਲ ਜਿੱਤੇ ਨੇ। ਵੈਲ, ਮੁੰਬਈ ਦੇ ਕਾਨਸਰਟ ਦੇ ਵਿੱਚ ਤੇ ਦਿਲਜੀਤ ਦੋਸਾਂਝ ਬਸ ਫਿਰ ਛਾ ਗਏ ਨੇ। ਦੋਸਾਂਝਾ ਵਾਲਾ ਜਦ ਸਟੇਜ ਦੇ ਉੱਪਰ ਆਉਂਦਾ ਹੈ ਤੇ ਪੂਰੀ ਅੱਤ ਕਰਾਉਂਦਾ ਹੈ, ਤੇ ਦਿਲ ਲੁਮਿਨਾਟੀ ਦਾ ਕਾਨਸਰਟ ਜਿਹੜਾ ਦਿਲਜੀਤ ਦਾ ਉਹ ਚੱਲ ਰਿਹਾ ਹੈਗਾ ਆ, ਤੇ ਵੱਖ ਵੱਖ ਹੁਣ ਜਗ੍ਹਾਵਾਂ ਦੇ ਉੱਪਰ ਦਿਲਜੀਤ ਕਾਨਸਰਟ ਕਰਨਗੇ, ਤੇ ਇਸ ਵਾਰ ਕਰੀਨਾ ਕਪੂਰ ਖਾਨ ਦਾ ਜ਼ਿਕਰ ਹੋਇਆ। ਤੇ ਅੱਗੇ ਆਪਣੇ ਕਾਨਸਰਟ ਦੇ ਵਿੱਚ ਦਿਲਜੀਤ ਕਿਹੜੀਆਂ ਕਰਦੇ ਨੇ ਗੱਲਾਂ, ਇਹ ਸਾਰੀਆਂ ਅਪਡੇਟਸ ਟਾਈਮਲੀ ਹਾਸਲ ਕਰਨ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ। ਜਲਦੀ ਮੁੜ ਕੇ ਹਾਜ਼ਰ ਹੁੰਦੇ ਇੱਕ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ।